ਉਹਨਾਂ ਨੇ ਮੇਰੀ ਐਕਟਿਵਾ ਨੂੰ ਲਾਤ ਮਾਰੀ, ਲਾਤ ਮਾਰ ਫਿਰ ਐਕਟਿਵਾ ਮੈਨੂੰ ਨਹੀਂ ਰੋਕੀ ਅੱਗੇ। ਫਿਰ ਦੁਬਾਰਾ ਫਿਰ ਉਹਨਾਂ ਨੇ ਮੇਰੀ ਐਕਟਿਵਾ ਮੈਂ ਦਾਤਰ ਮਾਰਾ, ਫਿਰ ਮੈਂ ਨੀਚੇ ਡਿੱਗਿਆ। ਫਿਰ ਉਹਨਾਂ ਨੇ ਮੇਰੇ ਨੀਚੇ ਉਤਾਰ ਕੇ ਫਿਰ ਸਾਰੇ ਪੈਸੇ ਮੇਰੇ 10,000 ਰੁਪਏ ਅਤੇ ਮੋਬਾਈਲ ਤਾਂ ਸਭ। ਹਾਂ ਦੱਸਣ ਮੁਤਾਬਕ ਇੱਕ ਹੋਇਆ, ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ। ਨੇਕਪਾਲ ਸਿੰਘ ਦਾ, ਨੇਕਪਾਲ ਜੀ ਕੀ ਹੋਇਆ ਤੁਹਾਡੇ ਨਾਲ ਜੀ? ਮੈਂ ਬੰਡਾਲਾ ਜਾ ਰਿਹਾ ਤਾਂ, ਮੇਰੇ ਪਿੱਛੇ ਬੰਦੇ ਖੜ ਗਏ। ਹਾਂਜੀ, ਫਿਰ ਜਾਨੀਆ ਕੇ ਪਾਸ ਮੈਂ, ਉਹਨਾਂ ਨੇ ਮੇਰੀ ਐਕਟਿਵਾ ਨੂੰ ਲਾਤ ਮਾਰੀ, ਲਾਤ ਮਾਰ ਫਿਰ ਵੀ ਐਕਟਿਵਾ ਮੈਨੂੰ ਨਹੀਂ ਰੋਕੀ ਆਪਣੀ। ਫਿਰ ਦੁਬਾਰਾ ਫਿਰ ਉਹਨਾਂ ਨੇ ਮੇਰੀ ਐਕਟਿਵਾ ਮੈਂ ਦਾਤਰ ਮਾਰਾ, ਫਿਰ ਮੈਂ ਨੀਚੇ ਡਿੱਗਿਆ। ਫਿਰ ਉਹਨਾਂ ਨੇ ਮੇਰੇ ਨੀਚੇ ਉਤਾਰ ਕੇ ਫਿਰ ਸਾਰੇ ਪੈਸੇ ਮੇਰੇ 10,000 ਰੁਪਏ ਅਤੇ ਮੋਬਾਈਲ ਤਾਂ ਸਭ ਲੈ ਗਏ। ਆਪਕੇ ਸਾਥ ਕੌਣ ਕੌਣ ਥਾ? ਬਸ ਮੇਰਾ ਭਤੀਜਾ ਥਾ ਇੱਕ, ਉਸਕੇ ਪਾਸ ਵੀ ਮੋਬਾਈਲ ਥਾ, ਉਸਕੇ ਪਾਸ ਵੀ ਮੋਬਾਈਲ ਥਾ, ਦੋਨੋਂ ਮੋਬਾਈਲ ਛਿਨੇ ਗਏ। ਕੋਈ ਫਾਇਰ ਵੀ ਕੀਤਾ ਸੀ ਉਹਨੇ? ਹਾਂ, ਜੈਸੇ ਕਿ ਉਹਨਾਂ ਨੂੰ ਮਾਰਾ ਦਾਂ ਤੱਕ ਉਸ ਮੈਂ ਐਕਟਿਵਾ ਨੂੰ ਹਟਾ ਕੇ ਦੇਣਾ। ਕਿੰਨੇ ਆਦਮੀ ਥੇ? 3 ਬੰਦੇ ਥੇ। ਠੀਕ, ਕਹਾਂ ਜਾ ਰਹੇ ਥੇ ਆਪ? ਮੈਂ ਮਹਿੰਦੀ ਲਗਾ ਕੇ ਆ ਰਹਾ ਥਾ। ਆਰੇ ਜਨੇਲਾ ਵਾਲੇ ਸੇ? ਹਾਂਜੀ ਹਾਂਜੀ। ਤੋ ਕਹਾਂ ਪਰ ਆਪਕੋ ਮਿਲੇ ਥੇ? ਵੋ ਮੇਰੇ ਕੋ ਜਾਨੀਆ ਸੇ ਪੀਛੇ ਮਿਲੇ ਥੇ, ਜਬ ਹਮ ਬੰਡਾਲਾ ਸੇ ਨਿਕਲੇ ਮਾਰੇ ਪੀਛੇ ਥੇ। ਵੋ ਕਿੰਨੇ ਆਦਮੀ ਥੇ? 3 ਬੰਦੇ ਥੇ। ਤੋ ਉਸਕੇ ਚਿਹਰੇ ਨੂੰ ਕਿਦਿਗ? ਨੇ ਚਿਹਰੇ ਸਭ ਕੇ ਬੰਦੇ ਹੋਏ ਥੇ। ਕਿਤਨੇ ਕਿਤਨੀ ਚੋਈ ਕਹਾਂ ਕਹਾਂ ਚੋਟ ਲਗਾਈ ਆਪਨੇ? ਮੇਰੇ ਇੱਕ ਪੈਰ ਸੇ ਹੈ, ਜਿਸ ਮੇ ਪੈਰ ਮੇ ਮਾਰਾ ਦਾਂਤ ਉਲਟਾ ਤਾ। ਬਸ ਪੁਲਿਸ ਕੋ ਸੂਚਿਤ ਕਰ ਦਿਆ? ਹਾਂਜੀ। ਨੰਗਾ ਰੋਡ ਤੇ ਕਾਂਡ ਹੋਇਆ, ਉਹਦੇ ਬਾਰੇ ਜਾਣਕਾਰੀ ਦਿਓ। ਇਹ ਨਾ ਦੋ ਲੜਕੇ ਜੀ, ਅਭਿਸ਼ੇਕ ਤੇ ਆਕਾਸ਼, ਇਹ ਦੋਨੋਂ ਬੰਡਾਲੇ ਤੋਂ ਆ ਰਹੇ ਸੀਗੇ। ਕਰੀਬ 9 ਵਜੇ ਦੇ ਕਰੀਬ ਇਹਨਾਂ ਨੂੰ ਪਿੱਛੋਂ ਦੋ ਮੋਟਰਸਾਈਕਲ ਤੇ ਆ ਰਹੇ, ਤਿੰਨ ਮੋਟਰਸਾਈਕਲ ਸਵਾਰ ਸੀਗੇ, ਮੂੰਹ ਬੰਨੇ ਸੀ ਉਹਨਾਂ ਨੇ। ਇਹਨਾਂ ਨੂੰ ਲੱਤ ਮਾਰ ਕੇ ਪਹਿਲਾਂ ਸੁੱਟਿਆ, ਇਹਨਾਂ ਕੋਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਇਹ ਥੋੜਾ ਅੱਗੇ ਵੜੇ ਤੇ ਇਹਨਾਂ ਦੀ ਕੁੱਟਮਾਰ ਕਰਕੇ ਤੇ 10,000 ਰੁਪਈਆ ਨੇ, ਦੱਸਣ ਮੁਤਾਬਕ 10,000 ਰੁਪਈਆ ਤੇ ਮੋਬਾਈਲ ਲੈ ਗਏ ਨੇ। ਤੇ ਮੌਕੇ ਤੇ ਸਾਡੀ ਸਰਚ ਚੱਲ ਰਹੀ ਆ ਤੇ ਬੜੀ ਜਲਦੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ। ਸਰ ਇਹ ਕੱਤੇ ਹੀ ਹੈਗੇ ਜਿੰਨੇ? ਇਹ ਐਕਟਿਵਾ ਤੇ ਸੀ ਦੋਨੋਂ ਜਿਹੜੇ ਪੀੜਤ ਨੇ, ਤੇ ਆਪਣਾ ਕੰਮ ਕਰਕੇ ਵਾਪਸ ਆ ਰਹੇ ਸੀ ਦੂਸਰੇ ਮੋਟਰਸਾਈਕਲ ਤੇ। ਬਹੁਤ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ, ਸਾਡੀਆਂ ਟੀਮਾਂ ਲੱਗੀਆਂ ਵਾ, ਅਸੀਂ ਆਪਣੀ ਜੋ ਟੈਕਨੀਕਲ ਹੁੰਦੀ ਸਾਡੀ ਇਨਵੈਸਟੀਗੇਸ਼ਨ ਉਹ ਸਾਡੀ ਜਾਰੀ ਹੈ। ਕੋਈ ਫਾਇਰ ਵੀ ਹੋਇਆ ਸਰ? ਹਾਂ, ਦੱਸਣ ਮੁਤਾਬਕ ਇੱਕ ਹੋਇਆ, ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ ਜੀ। ਕੋਈ ਮੁੱਢਲੀ ਪ੍ਰੋਸੀਜ ਕੀ ਬਦਲ? ਫਿਲਹਾਲ ਐਡਮਿਟ ਇਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਜੀ ਜੈਨ ਹੋਸਪਿਟਲ, ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ।